ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਚੌਲਾਂ ਦੇ ਪਾਪੜ ਬਣਾਵਾਂਗੇ। ਆ ਕੌਲੀ ਚੌਲਾਂ ਦੀ ਹੈ ਤੇ ਆਪਾਂ ਇਹਨਾਂ ਨੂੰ ਪਹਿਲਾਂ ਥਾਲੀ ਚ ਪਾ ਕੇ ਦੇਖਾਂਗੇ ਵਿੱਚ ਕੋਈ ਡੱਕਾ ਡੋਲਾ ਕੋਈ ਰੋੜ ਰੋੜ ਵਾਲਾ ਮੋਟਾ। ਊਂ ਤਾਂ ਸਾਫ ਹੀ ਹੈਗੇ ਚੌਲ। ਲੋ ਜਿਹੜਾ ਡੱਕਾ ਡੋਲਾ ਸੀ ਆਪਾਂ ਵਿੱਚੋਂ ਕੱਢਤਾ ਤੇ ਚੌਲ ਸਾਫ ਹੀ ਸੀਗੇ, ਬਹੁਤ ਵਧੀਆ। ਆਪਾਂ ਹੁਣ ਅੱਗ ਬਾਲਾਂਗੇ ਤੇ ਕੜਾਹੀ ਧਰਾਂਗੇ। ਆਪਾਂ ਵਿੱਚ ਚੌਲ ਪਾ ਦਿਆਂਗੇ, ਹੋਰ ਕੁਛ ਨਹੀਂ ਪਾਉਂਦੇ। ਚੌਲਾਂ ਨੂੰ ਭੁੰਨਾਂਗੇ ਆਪਾਂ। ਚੰਗੀ ਤਰ੍ਹਾਂ ਭੁੱਜ ਗਏ ਫਿਰ ਆਪਾਂ ਲਾਵਾਂਗੇ, ਹੌਲੀ ਹੌਲੀ ਭੁੱਜਣਗੇ ਚੌਲ ਇਹ। ਕਾਲਾ ਵੀ ਹੋ ਸਕਦਾ ਭੁੱਜ ਕੇ। ਲਓ 10 ਮਿੰਟ ਹੋ ਗਏ ਚੌਲ ਭੁੱਜਦਿਆਂ ਨੂੰ। ਚੌਲ ਭੁੱਜ ਗਏ ਹੈ, ਲਾਲ ਹੋ ਗਏ ਭੁੱਜ ਕੇ ਤੇ ਹੁਣ ਆਪਾਂ ਲਾਵਾਂਗੇ। ਚੌਲ ਵਧੀਆ ਭੁੱਜੇ ਮੱਚਿਆ, ਕੋਈ ਨੀ ਕਾਲਾ ਨੀ ਹੋਇਆ ਗਾ। ਆਪਾਂ ਥਾਲੀ ਚ ਕੱਢ ਲਏ ਹੁਣ ਤੇ ਹੁਣ ਆਪਾਂ ਚਾਸਣੀ ਧਰਾਂਗੇ। ਹੁਣ ਆਪਾਂ ਚਾਸਣੀ ਬਣਾਵਾਂਗੇ। ਕੜਾਹੀ ਚੋਂ ਕੱਢ ਲਏ ਚੌਲ ਤੇ ਸਾਫ਼ ਕਰ ਲਈ ਕੜਾਹੀ। ਗੁੜ ਪਾਵਾਂਗੇ, ਪਾਣੀ ਪਾਵਾਂਗੇ ਉਹਨਾਂ। ਗੁੜ ਜਦੋਂ ਖੁਰ ਗਿਆ ਉਦੋਂ ਚਾਸਣੀ ਬਣਨੀ ਸ਼ੁਰੂ ਹੋ ਜੂਗੀ। ਇੱਕ ਤਾਰ ਚਾਸਣੀ ਬਣਾਵਾਂਗੇ। ਲਓ ਚਾਸਣੀ ਆਪਣੀ ਬਣੀ ਜਾਂਦੀ ਹੈ। 10 ਮਿੰਟ ਹੋ ਗਏ ਬਣਦੀ ਨੂੰ, ਹਜੇ 4-5 ਮਿੰਟ ਹੋਰ ਲੱਗਣਗੇ ਫਿਰ ਬਣੂਗੀ, ਫਿਰ ਆਪਾਂ ਲਾਵਾਂਗੇ। ਚਾਸਣੀ ਆਪਣੀ ਬਣ ਗਈ, ਇੱਕ ਤਾਰ ਬਣ ਗਈ ਤੇ ਆਪਾਂ ਹੁਣ ਇਹਨੂੰ ਲਾਵਾਂਗੇ। ਇਹਦੇ ਵਿੱਚ ਹੀ ਆਪਾਂ ਚੌਲ ਪਾ ਦਿਆਂਗੇ। ਥਾਲੀ ਨੂੰ ਆਪਾਂ ਤੇ ਰਿਫਾਇੰਡ ਲਾ ਕੇ ਰੱਖਿਆ, ਹੁਣ ਆਪਾਂ ਥਾਲੀ ਚ ਪਾ ਦਿਆਂਗੇ। ਜੇ ਠੰਡੀ ਹੋ ਗਈ ਫਿਰ ਤੁਹਾਨੂੰ ਦਿਖਾਵਾਂਗੇ ਠੰਡੇ ਥਰਾ ਕੇ। ਆਏ ਆਪਾਂ ਖਿਲਾਰ ਜੇ ਦੇਵਾਂਗੇ।
ਜਦੋਂ ਠੰਡੀ ਹੋ ਗਈ ਫਿਰ ਤੁਹਾਨੂੰ ਦਿਖਾਵਾਂਗੇ। ਲਓ ਹੁਣ ਘੰਟਾ ਹੋ ਗਿਆ ਪਏ ਨੂੰ, ਠੰਡਾ ਹੋ ਗਿਆ ਤੇ ਹੁਣ ਆਪਾਂ ਕੱਢਾਂਗੇ। ਦੇਖੋ ਕਿੱਡਾ ਵਧੀਆ ਬਣਿਆ ਪਾਪੜ, ਬਹੁਤ ਵਧੀਆ ਬਣਿਆ। ਇਧਰੋਂ ਹਜੇ ਹਵਾ ਲੱਗੂਗੀ ਫੇਰ ਬਣੂਗਾ, ਵੀ ਬਣਿਆ ਹੀ ਪਿਆ। ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।